ਕੋਈ ਪੈਸਾ ਜਾਂ ਕੋਈ ਸ਼ੋਹਰਤਾਂ ਦੌਲਤਾਂ ਇਹ ਮੇਰੀ ਡਿਕਸ਼ਨਰੀ 'ਚ ਨਹੀਂ ਹੈਗੇ। ਜੇ ਪੈਸੇ ਕਮਾਉਣੇ ਹੁੰਦੇ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡ ਕੇ ਆਇਆ ਜੀ। ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਕਿ ਉੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ। ਮੈਂ ਤਾਂ ਆਪਣਾ ਟੌਪ 'ਤੇ ਕਰੀਅਰ ਛੱਡ ਕੇ ਆਇਆ। ਸੋ ਪੈਸਾ ਪੂਸਾ ਕਮਾਉਣਾ ਜਾਂ ਕੋਈ ਇੱਧਰ ਆਉਣਾ ਸੀ ਲੋਕਾਂ ਦੇ ਲੋਕ ਇਸੇ ਕੰਮ 'ਤੇ ਤਾਂ 20 ਸਾਲ ਮੈਂ ਕਮੇਡੀ ਕੈਸਟਾਂ ਦੇ ਵਿੱਚ ਇਸ ਇਹਨਾਂ 'ਤੇ ਤਵੇ ਲਾਏ ਨੇ ਵੀ ਲੁੱਟੀ ਜਾਂਦੇ ਆ। ਇਹੀ ਹੁੰਦਾ ਸੀ ਅਤੇ ਹੁਣ ਜੇ ਪੈੱਨ ਉਹ ਮੇਰੇ ਹੱਥ 'ਚ ਆ ਗਿਆ ਤਾਂ ਮੈਂ ਵੀ ਉਹੀ ਕਰੀ ਜਾਵਾਂ, ਫਿਰ ਮੇਰੇ ਤੋਂ ਵੱਡਾ ਪਾਪ ਨਹੀਂ ਲੱਗੂ ਫਿਰ ਕਿਸੇ ਨੂੰ। ਸੋ ਇਸ ਕਰਕੇ ਹੁਣ ਤਾਂ ਮੇਰੀ ਜ਼ਿੰਮੇਵਾਰੀ ਇਹ ਹੈ ਕਿ ਮੈਨੂੰ ਜਿੰਨਾ ਕੁ ਪਰਮਾਤਮਾ ਨੇ ਸਵਾਸ ਦਿੱਤੇ ਜਾਂ ਜ਼ਿੰਮੇਵਾਰੀ ਦਿੱਤੀ ਹੈ ਉਹਨੇ 'ਚ ਹਰ ਰੋਜ਼ ਮੇਰੇ ਪੈੱਨ 'ਚੋਂ ਐਸੇ ਫੈਸਲੇ ਨਿਕਲਣ ਜਿਹਦੇ ਨਾਲ ਲੋਕਾਂ ਦੇ ਘਰਾਂ 'ਚ ਜਿਹੜੇ ਨੇ ਖੁਸ਼ੀਆਂ ਆਉਣ, ਲੋਕਾਂ ਦੇ ਘਰਾਂ 'ਚ ਤਰੱਕੀਆਂ ਦੇ ਚਿਰਾਗ ਬਲਣ। ਸੋ ਇਸ ਗੱਲੋਂ ਬਿਲਕੁਲ ਬੇਫਿਕਰ ਰਹੋ, ਜਦੋਂ ਆਊਗਾ ਪੰਜਾਬ ਦਾ ਫੈਸਲਾ, ਹਰ ਰੋਜ਼ ਆਉਂਦਾ ਕੋਈ ਨਾ ਕੋਈ, ਉਹ ਲੋਕ ਪੱਖੀ ਹੁੰਦਾ। ਅੱਜ ਵੀ ਆਉਣ ਤੋਂ ਪਹਿਲਾਂ ਲਗਭਗ 70-80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਹੁੰਦਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ, ਇਹ ਆਹ ਫਾਇਦਾ ਜੀ ਇਹਦਾ, ਫਿਰ ਠੀਕ ਹੈ ਮੈਂ ਸਾਈਨ ਕਰ ਦਿੰਦਾ। ਇਦੋਂ ਬਦਕਿਸਮਤੀ ਇਹ ਇਦੋਂ ਪਹਿਲਾਂ ਵਾਲੇ ਪੁੱਛਦੇ ਜੀ ਮੇਰਾ ਕੀ ਫਾਇਦਾ ਹੈ, ਮੇਰੇ ਪਰਿਵਾਰ ਦਾ ਕੀ ਫਾਇਦਾ ਹੈ, ਮੇਰੇ ਭਤੀਜੇ ਦਾ ਕੀ ਫਾਇਦਾ ਹੈ, ਮੇਰੇ ਸਾਲੇ ਦਾ ਕੀ ਫਾਇਦਾ ਹੈ, ਮੇਰੇ ਜੀਜੇ ਦਾ ਕੀ ਫਾਇਦਾ ਹੈ। ਉਹ ਆਹ ਦੇਖਦੇ ਰਹੇ ਬਸ। ਸੋ ਇਸ ਕਰਕੇ ਹੁਣ ਸਭ ਤੋਂ ਵੱਧ ਤੜਫਦੇ ਵੀ ਉਹੀ ਨੇ, ਰੋਜ਼ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੇ ਉੱਠ ਕੇ ਲੱਗ ਜਾਂਦੇ, ਐਂ ਕਿਉਂ ਕਰਤਾ, ਉਹ ਕਿਉਂ ਕਰਤਾ। ਮੈਂ ਤਾਂ ਇਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ, ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਖੜਕਾ ਕਰਦੇ ਨੇ, ਜਦੋਂ ਮਾਲ ਗੱਡੀ ਭਰ ਜਾਂਦੀ ਆਰਾਮ ਨਾਲ ਲੱਗ ਜਾਂਦੀ। ਸੋ ਇੰਨਾ ਡੱਬੇ ਖਾਲੀ ਹੋ ਗਏ, ਇਹਨਾਂ ਡੱਬੇ ਖਾਲੀ ਨੇ, ਵੋਟਾਂ ਡੱਬੇ ਵੀ ਖਾਲੀ ਨੇ, ਖੜਕਾ ਤਾਂ ਕਰਨਗੇ ਹੀ, ਫਿਰ ਉਹ ਖੜਕਾ ਕਰੀ ਜਾਣ, ਫਿਰ ਜੋ ਮਰਜ਼ੀ ਕਹੀ ਜਾਣ। ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ। ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਸੋ ਆਪਣਾ ਕੰਮ ਹੈ ਫੋਕਸ ਹੋ ਕੇ ਪੰਜਾਬ ਦੀ ਤਰੱਕੀ ਵਾਸਤੇ ਸੋਚਣਾ ਅਤੇ ਉੱਧਰ ਨੂੰ ਵਧਣਾ। ਆਲੇ ਦੁਆਲੇ ਜੋ ਬੋਲੀ ਜਾਂਦੇ ਆ ਉਹਦੀ ਕੋਈ ਪਰਵਾਹ ਨਾ ਕਰੋ, ਤੁਸੀਂ ਵੀ ਨਾ ਕਰਿਆ ਕਰੋ, ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ ਕਿ ਵਿਰੋਧ ਕਰਨਾ। ਪਹਿਲੀ ਵਾਰ ਹੋਇਆ ਹਿਸਟਰੀ 'ਚ, ਪੰਜਾਬ ਦੀ ਹਿਸਟਰੀ 'ਚ ਵੀ, ਦੇਸ਼ 'ਚ ਵੀ ਨਹੀਂ ਕਦੇ ਹੋਇਆ ਇੱਦਾਂ। ਆਮ ਤੌਰ 'ਤੇ ਸਰਕਾਰਾਂ ਆਉਂਦੀਆਂ ਨੇ, ਉਹ ਸਰਕਾਰੀ ਅਦਾਰਿਆਂ ਨੂੰ, ਜਿਵੇਂ ਤੁਹਾਡਾ ਡਿਪਾਰਟਮੈਂਟ ਵੀ ਹੈ ਸਹਿਕਾਰਤਾ ਵਾਲਾ, ਘਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ। ਅਤੇ ਅਸੀਂ ਚੜ੍ਹਦੇ ਸਾਲ 1 ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ, ਉਲਟੀ ਗੰਗਾ ਪੰਜਾਬ 'ਚ ਪਾਈ ਹੈ ਕਿ ਪਹਿਲੀ ਵਾਰ ਹੋਇਆ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ, ਕਿਉਂਕਿ ਉਹ ਘੱਟ ਏ ਸੀ, ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ, ਸਾਨੂੰ ਫੜਾਓ।